ਮਿੱਤਰੋ ਸਤਿ ਸ਼੍ਰੀ ਅਕਾਲ, ਸਵਾਗਤ ਆ ਤੁਹਾਡਾ ਆਪਣੇ ਚੈਨਲ GNT ਬਰਗਾੜੀ ਤੇ। ਲਓ ਮਿੱਤਰੋ, ਖੋਲਦੇ ਆਪਾਂ ਟਰੈਕਟਰ ਨੂੰ ਤੇ ਖੋਲ ਕੇ ਦੇਖਦੇ ਆ ਆਪਾਂ ਕੀ ਇਹਦੇ ਵਿੱਚ ਪਾਰਟਸ ਨਿਕਲਦਾ। ਲਓ ਸੱਜਣੋ, ਜੋ ਆਪਣਾ ਇੰਜਨ ਪਾਵਰ ਟਰੈਕ ਦਾ ਆਪਾਂ ਰੇਹੜੀ ਤੇ ਰੱਖਤਾ ਤੇ ਕਿਉਂਕਿ ਇਹਦਾ ਕੰਮ ਜਿਹੜਾ ਖਰਾਬ ਤੇ ਇੰਨੇ ਇੰਨੇ ਪੁਰਜਿਆਂ ਦਾ ਹੋਣਾ ਗਾ। ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ, ਸਵਾਗਤ ਆ ਤੁਹਾਡਾ ਆਪਣੇ ਚੈਨਲ GNT ਬਰਗਾੜੀ ਤੇ। ਉਮੀਦ ਆ ਸਾਰੇ ਸੱਜਣ ਠੀਕ ਹੋਣਗੇ। ਲਓ ਵੀ ਸੱਜਣੋ, ਅੱਜ ਗੱਲਬਾਤ ਕਰਦੇ ਹਾਂ ਆਪਾਂ ਫਿਰ ਤੁਹਾਡੇ ਆਪਣੇ ਚੈਨਲ GNT ਬਰਗਾੜੀ ਤੇ ਟਰੈਕਟਰ ਲੈਣ ਬਾਰੇ, ਕਿਉਂਕਿ ਪਹਿਲਾਂ ਤੁਸੀਂ ਆਪਣੇ ਵਲੌਗ ਦੇਖੇ ਸ਼੍ਰੀ ਹੇਮਕੁੰਡ ਸਾਹਿਬ ਦੇ ਤੇ ਜਿਹਦੇ ਵਿੱਚ ਤੁਹਾਨੂੰ ਰਸਤੇ ਦਾ ਸਾਰਾ ਰਿਵਿਊ ਦਿੱਤਾ, ਕਿਵੇਂ ਕਿਵੇਂ ਆਪਾਂ ਗਏ ਅਤੇ ਕੀ ਕੀ ਦਿੱਕਤਾਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਗਾ, ਅਤੇ ਬਹੁਤ ਸਾਰਾ ਪਿਆਰ ਦਿੱਤਾ ਸੱਜਣੋ। ਅਤੇ ਇਸੇ ਤਰ੍ਹਾਂ ਹੁਣ ਵਰਕਸ਼ਾਪ 'ਤੇ ਆ ਗਏ ਆਪਾਂ ਅਤੇ ਦੇਖਦੇ ਹਾਂ ਵਰਕਸ਼ਾਪ 'ਤੇ ਕੀ ਕੀ ਆਪਾਂ ਕੰਮ ਖੁੱਲ੍ਹਿਆ ਵਾ, ਟਰੈਕਟਰ ਦਾ ਕਿਹੜੇ ਕਿਹੜੇ ਟਰੈਕਟਰ ਦਾ ਆਪਣੀ ਜੋਬ ਹੋ ਰਹੀ ਆ। ਬਾਕੀ ਤੁਹਾਨੂੰ ਦੱਸ ਹੀ ਦੇਵਾਂ, ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ, ਇੱਕ ਤਾਂ ਆਪਣਾ ਪਾਵਰ ਟਰੈਕ ਰਿਪੇਅਰ ਹੋ ਰਿਹਾ ਹੈਗਾ ਕਿਉਂਕਿ ਉਹਦੇ ਵਿੱਚ ਟਰੈਕਟਰ ਦੇ ਵਿੱਚ ਧੂੰਆਂ ਮਾਰਨ ਦੀ ਦਿੱਕਤ ਆ। ਨੰਬਰ 2 'ਤੇ ਇੱਕ 265 ਟਰੈਕਟਰ ਖੁੱਲ੍ਹਿਆ ਹੋਇਆ ਜਿਹਦੇ ਵਿੱਚ ਆਪਾਂ ਕਲੱਚ ਦੀ ਜੋਬ ਕਰ ਰਹੇ ਹਾਂ। ਚਲੋ ਮਿੱਤਰੋ, ਕਰਦੇ ਹਾਂ ਵਲੌਗ ਸਟਾਰਟ ਆਪਾਂ ਅਤੇ ਵਿਖਾਵਾਂਗੇ ਕੀ ਕੀ ਆਪਾਂ ਕੰਮ ਕਰਦੇ ਹਾਂ ਇਸ ਟਰੈਕਟਰਾਂ ਦਾ ਇਸ ਵੀਡੀਓ ਦੇ ਵਿੱਚ। ਅਤੇ ਸੋ ਸੱਜਣੋ, ਜੁੜੇ ਰਹੋ ਅਤੇ ਆਓ ਨਿਗਾਹ ਮਰਾਈਏ ਤੁਹਾਨੂੰ ਟਰੈਕਟਰਾਂ ਦੇ ਉੱਪਰ। ਲਓ ਸੱਜਣੋ, ਸਭ ਤੋਂ ਪਹਿਲਾਂ ਤੁਹਾਨੂੰ ਨਿਗਾਹ ਮਰਾਉਂਦੇ ਹਾਂ ਆਪਣਾ 265 ਟਰੈਕਟਰ ਦੇ ਉੱਪਰ। ਇਸ ਟਰੈਕਟਰ ਦੇ ਵਿੱਚ ਇੱਕ ਤਾਂ ਕਲੱਚ ਦੀ ਜੋਬ ਕਰਨੀ ਆਪਾਂ, ਕਿਉਂਕਿ ਇਸ ਟਰੈਕਟਰ ਦੀ ਕਲੱਚ ਰੇਟ ਆ ਜਿਹੜੀ ਡਾਊਨ ਹੋ ਚੁੱਕੀ ਆ, ਆਹ ਤੁਸੀਂ ਵੇਖ ਸਕਦੇ ਹੋ ਰੈਫਟਾਂ ਵਗੈਰਾ 'ਤੇ ਆ ਕੇ। ਇੱਧਰ ਆਪਣਾ ਇੱਕ ਪਾਵਰ ਟਰੈਕ ਟਰੈਕਟਰ ਖੁੱਲ੍ਹਿਆ ਹੈਗਾ ਜੋ ਕਿ ਆਪਣੇ ਕੋਲ ਡੱਬ ਵਾਲੀ ਮੰਡੀ ਤੋਂ ਆਇਆ। ਮਿੱਤਰੋ, ਇਸ ਟਰੈਕਟਰ ਦੇ ਵਿੱਚ ਇੰਜਨ ਦੀ ਕੰਡੀਸ਼ਨ ਇੱਕ ਤਾਂ ਡਾਊਨ ਆ, ਬਾਕੀ ਆਪਾਂ ਲਿਫਟ ਦੀ ਜੋਬ ਕਰਾਂਗੇ, ਐਕਸਲ ਦੀ ਜੋਬ ਕਰਾਂਗੇ ਅਤੇ ਸਾਰੇ ਆਪਣੇ ਵਲੌਗ ਆਉਣਗੇ ਮਿੱਤਰੋ ਅਤੇ ਸਭ ਕੁਝ ਤੁਹਾਨੂੰ ਦਿਖਾਵਾਂਗੇ। ਚਲੋ ਪਹਿਲਾਂ ਕਸਟਮਰ ਤੋਂ ਆਪਾਂ ਪੁੱਛ ਕੇ ਅਤੇ ਖੋਲ੍ਹਦੇ ਹਾਂ ਟਰੈਕਟਰ, ਕਰਦੇ ਹਾਂ ਇਹਦਾ ਕੰਮ ਸਟਾਰਟ ਮਿੱਤਰੋ। ਅਤੇ ਸਾਰੀ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ। ਖੋਲ੍ਹ ਕੇ ਦੇਖਦੇ ਹਾਂ ਆਪਾਂ ਕੀ ਇਹਦੇ ਵਿੱਚ ਪਾਰਟਸ ਨਿਕਲਦਾ ਅਤੇ ਕੀ ਡੈਮੇਜ ਹੁੰਦਾ। ਅਤੇ ਖੋਲ੍ਹਣਾ ਸਟਾਰਟ ਕਰਤਾ ਆਪਾਂ ਸੱਜਣੋ, ਸਭ ਤੋਂ ਪਹਿਲਾਂ ਖੋਲ੍ਹਦੇ ਆਪਾਂ ਇਹਦਾ ਹਿੱਸਾ, ਫਿਰ ਆਪਾਂ ਬਲੌਕ ਉਤਾਰਾਂਗੇ ਥੱਲੇ ਅਤੇ ਪਿਸਟਨ ਸਲੀਵ ਕੱਢਦੇ ਹਾਂ ਬਾਹਰ। ਅਤੇ ਇੱਧਰ ਪੰਪ ਵੀ ਆਪਣਾ ਜਾ ਰਿਹਾ ਬਾਈਕ ਕੋਲ, ਅਤੇ ਦੇਖਦਾ ਖੋਲ੍ਹ ਕੇ ਵੀ ਕੀ ਪ੍ਰੋਬਲਮ ਆ ਇਹਦੇ ਵਿੱਚ। ਸਭ ਤੋਂ ਪਹਿਲਾਂ ਖੋਲ੍ਹਾਂਗੇ ਆਪਾਂ ਅਗਲਾ ਹਿੱਸਾ, ਅਗਲਾ ਹਿੱਸਾ ਖੋਲ੍ਹਣ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਟਰੈਕਟਰ ਦਾ ਚੈਂਬਰ ਅਤੇ ਪਿਸਟਨ ਵਗੈਰਾ ਬਾਹਰ ਕੱਢਾਂਗੇ। ਉੱਥੇ ਜੁੜੇ ਰਹੋ, ਸਭ ਤੋਂ ਪਹਿਲਾਂ ਲਾਉਂਦਾ ਵਾਟਰ ਵਾਟੀ।
ਚਲੋ ਸੱਜਣੋ ਜੋ ਇਸ ਆਪਣਾ ਲੈ ਚੁੱਕਿਆ ਹੈਗਾ ਅਤੇ ਸੋ ਇਸ ਤੋਂ ਬਾਅਦ ਟਾਈਮਿੰਗ ਕਵਰ ਅਤੇ ਚੈਂਬਰ ਵਗੈਰਾ ਆਪਾਂ ਖੋਲਦੇ ਹਾਂ ਅਤੇ ਕੱਢਦੇ ਹਾਂ ਪਿਸਟਨ ਬਾਹਰ ਆਪਾਂ ਇਹਦੇ। ਬਲਾਕ ਨੂੰ ਗੇਅਰ ਨਾਲ ਲਾ ਲਿਆ ਸੀਗਾ ਅਤੇ ਸੋ ਇਸ ਤੋਂ ਬਾਅਦ ਹੁਣ ਆਪਾਂ ਕੱਢਦੇ ਹਾਂ ਇਹਦੇ ਪਿਸਟਨ। ਪਿਸਟਨ ਕੱਢਣ ਤੋਂ ਪਹਿਲਾਂ ਆਪਾਂ ਲਾਉਂਦੇ ਹਾਂ ਟਾਈਮਿੰਗ ਪਲੇਟ ਇਹਦੀ ਅਤੇ ਕੇਮ ਵਗੈਰਾ ਕੱਢ ਲਈ ਬਾਹਰ ਆਪਾਂ ਜੀ। ਪਾਉਂਦੇ ਆਪਾਂ ਮਿੱਟਿਆ ਤੇਲ ਅਤੇ ਪਹਿਲਾਂ ਭੋਜਦੇ ਹਾਂ ਆਪਾਂ ਖਰਾਦ ਵਾਲਾ ਸਮਾਨ ਜੋ ਇੰਜਣ ਦਾ ਆਪਾਂ ਗ੍ਰੈਂਡ ਵਗੈਰਾ ਕਰਾਉਣੀ ਹੈ ਕ੍ਰੈਂਕ ਵਗੈਰਾ ਰੜਨ ਦੇ ਪਿਛਲੂ ਆਉਣੇ ਹੈਡ ਦਾ ਕੰਮ ਕਰਾਉਣਾ। ਲਓ ਸੱਜਣੋ ਜੋ ਆਪਣਾ ਇੰਜਣ ਪਾਵਰ ਟਰੈਕ ਦਾ ਆਪਾਂ ਰੇਹੜੀ 'ਤੇ ਰੱਖਤਾ ਅਤੇ ਕਿਉਂਕਿ ਇਹਦਾ ਕੰਮ ਜਿਹੜਾ ਖਰਾਬ ਅਤੇ ਇੰਨੇ ਇੰਨੇ ਪੁਰਜਿਆਂ ਦਾ ਹੋਣਾ ਗਾ ਅਤੇ ਉਹ ਆਪਾਂ ਭੇਜਤਾ ਅਤੇ ਕੋਟਕਪੂਰੇ ਗੁਰਪ੍ਰੀਤ ਕੋਲ ਅਤੇ ਕਿਉਂਕਿ ਆਪਾਂ ਕ੍ਰੈਂਕ ਵਗੈਰਾ ਹੈੱਡ ਵਗੈਰਾ ਸਾਰਾ ਕੰਮ ਕਰਵਾਵਾਂਗੇ ਅਤੇ ਚਲੋ ਇਹ ਭੇਜ ਕੇ ਆਪਾਂ ਅਤੇ ਬਾਕੀ ਦਾ ਪਾਰਟਸ ਆ ਜਿਹੜਾ ਉਹ ਕੱਲ੍ਹ ਵਾਲੇ ਵਲੋਗ ਦੇ ਵਿੱਚ ਧੋਵਾਂਗੇ ਆਪਾਂ ਇਹਦਾ ਅਤੇ ਚਲੋ ਸੱਜਣੋ ਬਾਕੀ ਇਹਦਾ ਵਰਕ ਆ ਕੱਲ੍ਹ ਸਟਾਰਟ ਕਰਾਂਗੇ। ਇੱਧਰ ਜਿਹੜਾ 265 ਦਾ ਨਾਲ ਨਾਲ ਆਪਾਂ ਵਰਕ ਕਰ ਰਹੇ ਹਾਂ ਕਲੱਚ ਦਾ ਸੋ ਆਪਣਾ ਇਹਦਾ ਸਮਾਨ ਆਪਣੇ ਕੋਲ ਆ ਗਿਆ ਉਹਦੇ ਨਾਲ ਤੁਹਾਨੂੰ ਦਿਖਾ ਦਈਏ। ਇੱਧਰ ਜੋ ਕਲੱਚ ਪਲੇਟ ਆ ਉਹ ਵੀ ਮਹਿੰਦਰਾ ਕੰਪਨੀ ਦੀ ਜੈਨੂਨ ਆ ਤੁਸੀਂ ਦੇਖ ਸਕਦੇ ਹੋ 10 ਇੰਚੀ ਵਾਲੀ ਆ ਆਪਣਾ ਗਿਆ ਰਿਲੀਸ ਪਲੇਟ ਹੋ ਗਈ ਆ ਦੂਜਾ ਸੁਰਮਾ ਹੋ ਗਿਆ ਕਲੱਚ ਕਾਰਬਨ ਹੋ ਗਿਆ ਠੀਕ ਆ। ਇੱਧਰ ਫਿੰਗਰਾਂ ਵਗੈਰਾ ਵੀ ਆਪਾਂ ਕੰਪਨੀ ਨੇ ਯੂਜ ਕੀਤੀਆਂ ਇਹਦੇ 'ਚ ਮਹਿੰਦਰਾ ਦੀਆਂ ਇੱਧਰ ਕਲੱਚ ਕਾਰਬਨ ਆਪਣਾ ਸੋਰੀ ਕਲੱਚ ਕਾਰਬਨ ਆਪਣਾ ਫਿੱਟ ਹੋ ਚੁੱਕਿਆ ਆਹ ਤੁਸੀਂ ਦੇਖ ਸਕਦੇ ਹੋ ਬੈਰੰਗ ਵੀ ਆਪਾਂ ਨਵਾਂ ਪੈ ਗਿਆ। ਚਲੋ ਕਰਦੇ ਹਾਂ ਆਪਾਂ ਫਿੱਟ ਇਹਨੂੰ ਅਤੇ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਅਤੇ ਅੱਜ ਸ਼ਾਮ ਤੱਕ ਜੋ ਜੋ ਵਰਕ ਹੋਇਆ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਅੱਜ ਦੇ ਦਿਨ ਦਾ। ਜੋ ਆਪਣਾ 265 ਦਾ ਕਲੱਚ ਕਰ ਰਹੇ ਹਾਂ ਆਪਾਂ ਅਤੇ ਸੋ ਉਸ ਤੋਂ ਆਪਾਂ ਫੇਸ ਲਵਾਉਣ ਲਈ ਕੋਟਕਪੂਰੇ ਆਏ ਸੀਗੇ ਅਤੇ ਇਹਦਾ ਫੇਸ ਲਵਾ ਰਹੇ ਹਾਂ ਆਪਾਂ।
ਦਾ ਜੋ ਆਪਾਂ ਕੰਪਨੀ ਦੀ ਕਲੱਚ ਪਲੇਟ ਆ ਉਹੀ ਯੂਜ਼ ਕਰ ਰਹੇ ਹਾਂ ਆਪਾਂ, ਕਿਉਂਕਿ ਸਾਡੇ ਕੋਲ ਜੋ ਪਾਰਟਸ ਵਰਤਿਆ ਜਾਂਦਾ ਸਾਰਾ ਕੰਪਨੀ ਦਾ ਯੂਜ਼ ਕਰਦੇ ਹਾਂ, ਦੇਸੀ ਪਾਰਟਸ ਅਸੀਂ ਕੋਈ ਵੀ ਨਹੀਂ ਵਰਤਦੇ। ਮਹਿੰਦਰਾ ਚੱਲਣ ਦੀ ਜਿਹੜਾ ਅੱਜ ਹੈਗੀ ਹੈ ਚਲੋ ਲਾ ਕੇ ਨਾਲ ਤੁਹਾਨੂੰ ਦਿਖਾਉਂਦੇ ਹਾਂ। ਲੱਗ ਗਿਆ ਆਪਣਾ ਜੋੜ ਐਂਟਰ ਦਾ, ਅਤੇ ਇਸ ਤੋਂ ਬਾਅਦ ਕਰਦੇ ਹਾਂ ਜਲਦੀ ਜਲਦੀ ਟਾਈਟ ਆਪਾਂ ਜੋੜ, ਟਾਈਟ ਕਰਕੇ ਜੋੜ ਅਤੇ ਲੈਂਦੇ ਹਾਂ ਆਪਾਂ ਟਰਾਈ ਇਸ ਟਰੈਕਟਰ ਦੀ, ਅਤੇ ਬਣੇ ਰਹੇ ਵੀਡੀਓ ਦੇ ਨਾਲ। ਜਲਦੀ ਜਲਦੀ ਆਪਾਂ ਕਰਦੇ ਹਾਂ ਜੋੜ ਟਾਈਟ। ਚਲੋ ਸੱਜਣੋ, ਬਾਕੀ ਦਾ ਖਰਾਦ ਦਾ ਕੰਮ ਆਪਣਾ ਕਰਨਾ ਕੋਟਕਪੂਰੇ ਭੇਜਤਾ, ਅਤੇ ਇੱਧਰ ਕਲੱਚ ਦੀ ਜੋਬ ਵੀ ਆਪਣੀ ਹੋ ਚੁੱਕੀ ਹੈਗੀ, ਤੁਸੀਂ ਦੇਖ ਸਕਦੇ ਹੋ 265 ਦੀ। ਬਾਕੀ ਇਹਦੀ ਜਲਦੀ ਆਪਾਂ ਇੱਕ ਵੀਡੀਓ ਪਾਵਾਂਗੇ 13 ਹੱਲਾਂ 'ਤੇ ਟੈਸਟ ਕਰਕੇ ਇਸ ਟਰੈਕਟਰ ਨੂੰ, ਤੁਸੀਂ ਜ਼ਰੂਰ ਚੈੱਕ ਕਰਨੀ, ਥੋੜ੍ਹੇ ਦਿਨਾਂ ਦੇ ਵਿੱਚ ਵਿੱਚ ਆਪਣੀ ਆਊਗੀ। ਅਤੇ ਬਾਕੀ ਤੁਹਾਨੂੰ ਉੱਧਰ ਵਿਖਾ ਦਈਏ ਇੱਕ ਜੋ ਸਵਰਾਜ ਦਾ ਆਪਣੇ ਐਕਸਲਾਂ ਦਾ ਕੰਮ ਚੱਲੀ ਜਾਂਦਾ ਗਾ। ਪਹਿਲਾਂ ਸੋਚਣਾ ਬਾਕੀ ਆਪਾਂ ਇੱਧਰ ਐਕਸਲਾਂ ਦਾ ਬੈਰਿੰਗ ਪਾਏ ਸਵਰਾਜ ਦੇ, ਇਹ ਵੀ ਆਪਣੇ ਫਿੱਟ ਹੋ ਚੁੱਕੇ ਨੇ। ਚਲੋ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ, ਆਪਾਂ ਇੱਥੇ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ। ਅਗਲੀ ਵੀਡੀਓ ਆਪਣੀ ਫਿਰ ਆਊਗੀ ਪਾਵਰ ਟਰੈਕ 'ਤੇ, ਕੱਲ੍ਹ ਉਹਦਾ ਸਮਾਨ ਵਗੈਰਾ ਆਪਾਂ ਵਾਸ਼ ਕਰਾਂਗੇ ਸਾਰਾ, ਜੋ ਆਪਣੇ ਕੋਲ ਇੰਜਨ ਓਵਰਹਾਲ ਕਰ ਰਹੇ ਹਾਂ ਟਰੈਕਟਰ, ਜੋ ਆਪਣੇ ਕੋਲ ਡੱਬ ਵਾਲੀ ਮੰਡੀ ਤੋਂ ਆਇਆ ਗਾ, ਜੋ ਡੱਬ ਵਾਲੀ ਮੰਡੀ ਤੋਂ ਆਪਣੇ ਕੋਲ ਪਾਵਰ ਟਰੈਕ ਆਇਆ, ਅਤੇ ਅਗਲਾ ਵਲੋਗ ਉਹਦਾ ਆਊਗਾ ਫਿਰ। ਅਤੇ ਅੱਜ ਇਹਦਾ ਟਰੈਕਟਰ ਦਾ ਪਾਰਟ 1 ਸੀਗਾ। ਅਤੇ ਚਲੋ ਮਿੱਤਰੋ, ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਸ਼ੇਅਰ। ਧੰਨਵਾਦ, ਸਤਿ ਸ਼੍ਰੀ ਅਕਾਲ।